ਲਓ ਜੀ ਚੱਲੇ ਸੀਗੇ ਵਾਪਸ ਕਹਿੰਦੇ ਸਰੀ ਨੂੰ, ਪਰ ਧੱਕਾ ਹੋ ਗਿਆ ਵਾ, ਧੱਕਾ ਏਦਾਂ ਹੋਇਆ ਜੀ ਅਸੀਂ ਪਹੁੰਚ ਗਏ ਟੋਰਾਂਟੋ ਵਾਲੇ ਕਿਹੜੇ ਪੀਅਰਸਨ ਏਅਰਪੋਰਟ ਹਨਾ, ਤੇ ਜਾਣਾ ਸੀਗਾ ਕਹਿੰਦੇ ਉੱਧਰ ਕਿਚਨਰ ਵਾਲੇ ਤੇ। ਕੀ ਹੁਣ ਡਰਾਈਵਰ ਸਾਹਿਬ ਸਾਡੇ ਹੈਗੇ ਆ ਜੀ ਗੋਲੇ ਦਾ ਦੇੜੀ, ਗੋਲੇ ਦਾ ਬੁੜਾ ਜੀ ਪਤੰਦਰ 180 ਪਹਿਲਾਂ ਇਕੱਲੇ 80 ਤੇ ਗੱਡੀ ਲਈ ਆਉਂਦਾ ਸੀ, 120 ਤੇ ਲਵਾਈ ਤੇ ਫੇਰ ਥੱਲੇ ਨੂੰ ਲੈ ਆਉਂਦਾ, ਹੋਰ ਲੈ ਗਿਆ ਫੇਰ 120 ਲੈ ਗਿਆ ਅੰਕਲ। ਬਾਕੀ ਭਾਸ਼ਾ ਨਹੀਂ ਸਾਨੂੰ ਆਉਂਦੀ ਅੰਕਲ ਵਾਲੀ, ਤੇ ਫਾਸਟ ਫਾਸਟ ਭਈਆ ਫਾਸਟ ਫਾਸਟ ਗੋਲੇ ਕੇ ਫਾਦਰ ਗੋ ਫਾਸਟ ਰਹਿ ਗਏ ਕਹਿੰਦੇ ਇੱਧਰ ਲੰਘਣ ਹੀ ਨਹੀਂ ਦਿੱਤਾ, ਇੱਧਰ ਭਾਜੀ ਹੁਣੇ ਵੀ ਰਹਿ ਗਏ ਤੇ ਉੱਧਰ ਗੋਰਾ ਵੀ ਰਹਿ ਗਿਆ ਸ਼ੇਰਾ, ਉੱਧਰ ਊਣ ਹੀ ਲਾ ਪਿਆ ਭਾਜੀ ਇਕੱਲੇ ਇਕੱਲੇ ਦੀ 600 ਦੀ ਆ ਭਾਜੀ ਕਹਿੰਦਾ, ਉਹ ਵੀ ਪਰਸੋਂ ਚੌਥ ਦੀ ਚਰਚਾ ਦੇ ਵਿੱਚ ਨੇ, ਚੜਤਾ ਚੜਾਈ ਹੈ ਕਹਿੰਦੇ ਦੁਨੀਆ ਕਹਿੰਦੇ ਐਵੇਂ ਨੀ ਫੋਲੋ ਕਰਦੀ। ਕੀ ਕਹਿੰਦੇ ਪਹੁੰਚੇ ਆ ਬ੍ਰੈਂਪਟਨ, ਬ੍ਰੈਂਪਟਨ ਪਹੁੰਚੇ ਗੋਪੀ ਭਾਜੀ ਹੁਣਾਂ ਕੋਲ, ਬਾਕੀ ਬਲੌਗ ਭਾਜੀ ਵਰਗੀ ਜ਼ਿਆਦਾ ਬਣਿਆ ਨਹੀਂ ਜੀ, ਜਿਹਦਾ ਘੁੰਮਣ ਫਿਰਨ ਤੇ ਰਿਹਾ ਹਜੇ, ਪਤਾ ਆਪ ਨੂੰ ਨੀ ਹੁੰਦਾ ਸੀ ਕਿੰਨੇ ਵਜੇ ਆਉਂਦੇ ਸੀ ਤੇ ਕਿੰਨੇ ਵਜੇ ਜਾਂਦੇ ਅਸੀਂ, ਜਾਂਦੇ ਤਾਂ 2 ਵਜੇ ਸੀਗੇ, ਆਉਂਦੇ ਕਿੰਨੇ ਵਜੇ ਭਾਜੀ ਹੈਂਗ ਹੋ ਗਏ ਨੇ ਥੋੜਾ ਤਾਂ, ਹੁਣ ਤਾਂ ਟਾਈਮ ਨਹੀਂ ਸੀ ਘਰ ਆਉਣ ਦਾ, ਟਾਈਮ ਨਹੀਂ ਸੀ ਕਦੀ, 4 ਵਜਾਂ ਨੇ 5 ਵਜਾਂ ਨੇ ਜਾਣਾ, ਬਾਕੀ ਆਪਣੇ ਬੱਸ ਸੀਗਾ ਆਉਣਾ ਭਰਾਵਾਂ ਦੇ ਬੱਸ ਸੀਗਾ ਜੀ, ਕਦੋਂ ਛੱਡਣੇ ਉਹਨਾਂ ਨੇ। ਬਾਕੀ ਹੁਣ ਗੋਪੀ ਭਾਜੀ ਹੁਣੀ ਵੀ ਕਹਿੰਦੇ ਪਹੁੰਚੇ ਆ ਜੀ, ਗੋਪੀ ਮੱਲ ਭਾਜੀ ਨਜ਼ਾਰੇ ਤੁਸੀਂ ਲੁੱਟ ਲੈ, ਪੱਤੇ ਇਕੱਠੇ ਕਰਨ ਆਏ ਆ। ਬਾਕੀ ਲੱਖਾ ਭਾਜੀ ਕਹਿੰਦੇ ਘੈਂਟ ਭਰਾ ਭਾਜੀ ਉਹਨਾਂ ਨੇ ਰੱਖਿਆ ਸਾਨੂੰ, ਪਰ ਭਾਜੀ ਵੀ ਐਨ ਤੰਗ ਹੀ ਸੀਗਾ, ਮੈਟ ਹੀ ਭਜਾਉਂਦੇ ਦੁਖੀ ਕਰ ਦਿੱਤਾ, ਸਾਡੀ ਨੀਂਦ ਸੀਗੀ ਸਰੀ ਵਾਲੀ, ਉਹ ਤਾਂ ਹੱਸਦਾ ਰਹੇ ਅਸੀਂ ਸਰੀ ਵਾਲੀ ਨੀਂਦ ਹੀ ਰੱਖੀ, ਉਹ ਤਾਂ ਸੌ ਗਿਆ, ਇਧਰ ਨਹੀਂ ਸੌਂਦਾ ਜੀ ਸਰਦਾਰ ਸਾਡਾ। ਭਾਜੀ ਨੇ ਕੀ ਕੀਤਾ ਭਾਜੀ, ਉਹ ਚੱਕੇ ਕੀ ਉਹਦਾ ਨਾਮ ਆ, ਟੇਪਾ ਕੱਟ ਕੇ ਉੱਤੇ ਬਲਬ ਲਗੋ ਤੇ ਲੈਟਾਂ ਤੇ ਲਾਈਆਂ ਸੀ, ਇਦਾਂ ਹੁੰਦਾ ਸੀ ਇੱਧਰ ਕਹਿੰਦੇ, ਮੈਂ ਕਿਤੇ ਬੰਦ ਨਹੀਂ ਕਹਿੰਦੇ। ਬਾਕੀ ਆ ਜਾਓ ਮੜਿਆ ਇਧਰ ਨੂੰ, ਫੋਟੋ ਵਿੱਚੋਂ ਹੀ ਆਪਾਂ ਲੈ ਲੈਣੀ ਸਕਰੀਨ ਸ਼ਾਟ, ਕਹਿੰਦੇ ਥੰਬ ਨੇਲ ਦਾ ਇੱਥੇ ਇਹ ਕਰੋ ਜੀ ਚੈੱਕ, ਕਹਿੰਦੇ ਲੱਗ ਜੋ ਜੀ ਲੈਣਾ ਚ ਆਪਣੇ ਵਾਲੀ ਘੱਟ ਆ ਲੈਣ, ਉਧਰ ਉਧਰ ਲਈ ਲੈਣ ਜ਼ਿਆਦੀ ਆ, ਉਧਰ ਲਈ ਇਹ ਕੀ ਚੱਕਰ ਆ, ਇਹ ਆਪਣੇ ਵਾਲਾ ਜਹਾਜ਼ ਏ ਇੰਨਾ ਗੰਦਾ, ਚੜਨਾ ਹੀ ਕਿਸੇ ਨੇ ਨਹੀਂ, ਚੜਨੇ ਵਿੱਚ ਚੱਲੇ ਉਹ ਆ ਬੇਟਾ ਵਰਗੇ। ਗੋਲੇ ਦਾ ਬੁੜਾ ਖਰੇ ਦੇਖਿਓ ਤਾਂ ਜੀ, ਲਵਾਰੀ ਲੈ ਚੱਲਾ ਖਰੇ, ਨਹੀਂ ਨਹੀਂ ਕੱਲਾ ਗੱਤਾ ਹੀ ਆ, ਅਲਮਾਰੀ ਵਾਲਾ ਕਿੱਥੇ ਆ, ਇਹ ਗੱਤਾ ਲੈ ਕੇ ਚੱਲਾ ਕੱਲਾ। ਇਧਰ ਧੱਕਾ ਹੋ ਗਿਆ ਜੀ, ਧੱਕਾ ਤੇਰੀ ਵਜ੍ਹਾ ਧੱਕਾ ਕੀ ਮੇਰੀ ਗੱਲ ਮੇਰੀ ਨਹੀਂ ਵਜ੍ਹਾ, ਆਪਾਂ ਕਿਹੜਾ ਹੁਣ ਤੁਹਾਨੂੰ ਕਿਹੜਾ ਪਤਾ, ਇਹਨਾਂ ਨੇ ਏਅਰਪੋਰਟ ਚੈੱਕ ਨਹੀਂ ਕੀਤਾ, ਉਹ ਸੀਗਾ ਜੀ ਕਿਤੇ ਕਿਚਨਰ ਵਾਲਾ, ਇਧਰ ਆ ਗਿਆ ਟੋਰਾਂਟੋ ਤੇ ਹੁਣ ਤੇਜ ਹੀ ਇਹਨੂੰ ਕਿਹਾ, ਹੁਣ ਟੈਚੀ ਕੀਤੀ ਸਾਡੇ ਵਾਲੇ ਬੰਦੇ ਛੱਡ ਕੇ ਚੱਲ ਗਏ ਸੀ, ਜੇ ਟੈਚੀ ਨਾ ਲੰਘਿਆ ਤੇ ਮਗਰ ਉਹਨੂੰ ਉੱਥੇ ਹਨਾ I don't want to get in trouble for you guys later. ਇੰਨਾ ਨਹੀਂ ਸਾਨੂੰ ਪਤਾ, ਬਸ ਫਾਟ ਫਾਟ ਫਾਟ।
ਪਰ 120 ਤੇ ਜਾਣ ਦੇ ਤੂੰ ਥੱਲੇ ਨਾ ਹੋਣ ਦੇ ਬਸ ਇੱਥੇ ਰੱਖੀ ਓਕੇ ਬਸ ਠੀਕ ਹੈ ਠੀਕ ਹੈ ਓਕੇ ਬਸ ਜਾਈ ਜਾਂਦੇ ਹੁਣ ਗੱਡੀ ਜਿੱਧਰ ਨੂੰ ਜਾਂਦੀ ਤੇ ਜਾਣ ਦੇ ਆ ਸੀ ਹੋਰ 120 ਹੁਣ ਟਾਈਮ ਹੈਗਾ ਸਮਾਂ ਸਾਡੀ ਫਲਾਈਟ ਸੀਗੀ 7:35 ਦੇ ਟਾਈਮ ਕਿੰਨਾ ਹੋ ਗਿਆ ਬਾਜੀ 6:07 ਹੁਣ ਦੇਖਦੇ ਬਾਕੀ ਕਹਿੰਦੇ ਕੀ ਮਰਜ਼ੀ ਵਾਹਿਗੁਰੂ ਦੀ ਹਨਾ ਕਦਾਂ ਇੱਥੇ ਰਹਿੰਦੇ ਆ ਜਾਂ ਕਦਾਂ ਜਾਂਦੇ ਭਾਜੀ ਏਅਰਪੋਰਟ ਹਨਾ ਤੇ ਜਾਣਾ ਸੀਗਾ ਕਹਿੰਦੇ ਉਧਰ ਕਿਚਨਰ ਵਾਲੇ ਤੇ ਬਾਕੀ ਹੁਣ ਟੈਕਸੀ ਕੀਤੀ ਸਾਡੇ ਨਾਲ ਦੇ ਬੰਦੇ ਵੀ ਰਾਹ ਚ ਸੀਗੇ ਹਜੇ ਜਿਹੜੇ ਛੱਡ ਕੇ ਗਏ ਉਹਨਾਂ ਨੂੰ ਵੀ ਉਧਰ ਨੂੰ ਭਜਾਇਆ ਸੀਗਾ ਜੇ ਟੈਚੀ ਰਹਿ ਗਿਆ ਫੜ ਲਿਆਇਓ ਹੁਣ ਜਾ ਕੇ ਦੇਖਦੇ ਕੀ ਬਣਦਾ ਮੁੜਦੇ ਆ ਜਾਂ ਕਦਮ ਵਾਪਸ ਜਾਂਦੇ ਕਹਿੰਦੇ ਬਦਲਣਾ ਨੂੰ ਉੱਥੇ ਹੀ ਬਹਿ ਜਾਣਾ ਜਾਵਾਂਗੇ ਚਾਹੇ ਦੁਬਾਰੇ ਹੋਰ ਨਾ ਟਾਈਟ ਲੈ ਕੇ ਜਾਣਾ ਉੱਥੇ ਜਾਂਦੀਆਂ ਤੂੰ ਆ ਛੋਟਾ ਏਅਰਪੋਰਟ ਆ ਕੋਈ ਨੀ ਰਾਤ ਬਾਹਰ ਸੌਣ ਵਾਂਗੇ ਫੁੱਟ ਵਾਸਤੇ ਤੇ ਬਾਕੀ ਹੁਣ ਡਰਾਈਵਰ ਸਾਹਿਬ ਸਾਡੇ ਹੈਗੇ ਆ ਜੀ ਗੋਲੇ ਦਾ ਡੈਡੀ ਗੋਲੇ ਦਾ ਬੁੜਾ ਜੀ ਪਤੰਦਰ 180 ਪਹਿਲਾਂ ਇਕੱਲੇ 80 ਤੇ ਗੱਡੀ ਲਈ ਆਉਂਦਾ ਸੀ 120 ਤੇ ਲਵਾਈ ਤਾਂ ਫੇਰ ਥੱਲੇ ਨੂੰ ਲੈ ਆਉਂਦਾ ਹੋਰ ਲੈ ਗਿਆ ਫੇਰ 120 ਲੈ ਗਿਆ ਅੰਕਲ ਲੈ ਗਿਆ ਬਾਕੀ ਭਾਸ਼ਾ ਨਹੀਂ ਸਾਨੂੰ ਆਉਂਦੀ ਅੰਕਲ ਵਾਲੀ ਇੱਧਰ ਗੋਲੇ ਦਾ ਬੜਾ ਗੁੱਸਾ ਕਰ ਗਿਆ ਜੀ ਉਹ ਸਾਈਡ ਤੇ ਲਾਉਣ ਲੱਗਾ ਸੀ ਗੱਡੀ ਤੇ ਬਾਕੀ ਏਦਾਂ ਬੁਰਸ਼ ਲੈਣ ਲੱਗੇ ਤੁਹਾਡਾ ਹੀ ਦੇਖਿਆ ਸੀ ਸੁੱਤਾ ਪਿਆ ਸੀਗਾ ਲੋ ਜੀ ਕਹਿੰਦੇ ਬੈਠੇ ਆ ਹੁਣ ਬਸ ਇੰਤਜ਼ਾਰ ਦੀਆਂ ਘੜੀਆਂ ਹਜੇ ਲੱਗਣੇ ਸਾਨੂੰ 20 ਮਿੰਟ ਖਤਮ ਹੋਣ ਵਾਲੀਆਂ ਜੀ ਘੰਟਾ ਤੋਂ ਪਹਿਲਾਂ ਕਾਊਂਟਰ ਹੋ ਜਾਂਦੇ ਬੰਦ ਟੈਚੀ ਖਰੇ ਛੱਡ ਕੇ ਜਾਣਾ ਪੈਣਾ ਹੋਰ ਕੀ ਫੀਲ ਕਰ ਰਹੇ ਆ ਭਾਜੀ ਤੁਸੀਂ ਫੀਲ ਆਪਾਂ ਤਾਂ ਕੁਛ ਨਹੀਂ ਫੀਲ ਕਰਦੇ ਜਿੱਦਾਂ ਆਪਾਂ ਤਾਂ ਇੱਕ ਸਾਈਡ ਬੈਗ ਨਜ਼ਾਰੇ ਲੈਣ ਦੇ ਰੱਖਣਾ ਪੈਣਾ ਸੀ ਨਜ਼ਾਰੇ ਲੈਣ ਦੇ ਆ ਜੇ ਤਾਂ ਕਰਮਾਂ 'ਚ ਹੋਇਆ ਅੱਜ ਮੰਜ਼ਿਲ ਤੇ ਪਹੁੰਚਣਾ ਤੇ ਚੱਲ ਜਾਵਾਂਗੇ ਕੀ ਪਤਾ ਹਜੇ ਦਾਣਾ ਪਾਣੀ ਇੱਥੇ ਤਾਂ ਲਿਖਿਆ ਹੋਇਆ ਇੱਥੇ ਰੋਕ ਲਵਾਂਗੇ ਯਾਰ ਚੱਕਰ ਯਾਰ ਇਹਨੇ ਤਾਂ ਖਰੇ ਮੇਰੇ ਖਿਆਲ ਨਾਲ ਕਹਿ ਕੇ ਇੰਡੀਆ ਦਾ ਆਪਾਂ ਇੱਧਰ ਗਏ ਸੀ ਟੋਰਾਂਟੋ ਖਰੇ ਉਹਨਾਂ ਦਾ ਹੀ ਸ਼ਰਾਫ ਲੱਗ ਗਿਆ ਲੋਕਾਂ ਦਾ ਜਿਨ੍ਹਾਂ ਨੇ ਬਲੌਗ ਦੇਖਿਆ ਸੱਚ ਸੱਚ ਦੱਸਿਓ ਕਹਿੰਦੇ ਗਿਆ ਸੀਗਾ ਜੀ ਏਦਾਂ ਜਿਹੜਾ ਮਨ ਚ ਧਾਰਿਆ ਸੀ ਗਾਲਾਂ ਕਹਿੰਦੇ ਕੱਢੀਆਂ ਸੀ ਸੱਚ ਸੱਚ ਕਮੈਂਟ ਕਰਕੇ ਦੱਸਿਓ ਬਾਕੀ ਜੇ ਭਰਾਵੋ ਕਈਆਂ ਨੂੰ ਬੁਰਾ ਲੱਗਾ ਸੋਰੀ ਆ ਉਹਦੇ ਲਈ ਸ਼ੁਕਰ ਮੇਲਾ ਕਰੀਦਾ ਆਪਾਂ ਤਾਂ ਘੜੀ ਫਨ ਕਰੀਦਾ ਆ ਬਾਕੀ ਪਤਾ ਨੀ ਅੱਜ ਗੋਲੇ ਦਾ ਨਹੀਂ ਉਹ ਰਹਿੰਦੇ ਉਹ ਲੱਗਣੇ ਭਾਜੀ ਅੱਗੇ ਉਹ ਨਹੀਂ ਗੋਲੇ ਦਾ ਡੈਡੀ ਜਦੋਂ ਜਦ ਹੋਇਆ ਪਿਆ ਉਹ ਗੁੱਸਾ ਕਰ ਜੂ ਭਾਜੀ ਉਹਨੂੰ ਲੈ ਲੈਣਾ ਤੇ ਉਹ ਮੜਾ ਜਾ ਪਾਸ ਕਰਨ ਨੂੰ ਗਿਆ ਗੱਡੀ ਸਾਈਡ ਤੇ ਲਾਤੀ ਪਤੰਦਰ ਨੇ ਕਹਿੰਦਾ ਉਤਰੋ ਥੱਲੇ ਇਹ ਤਾਂ ਕੋਈ ਪੰਜਾਬੀ ਕੰਟਰੀ ਆ ਪਿੰਦੇ ਨੇ ਸੋਰੀਆਂ 50 ਮੰਗੀਆਂ ਸੋਰੀ ਕਰਕੇ ਇਹ ਤਾਂ ਹੁਣ ਨੂੰ ਇੰਡੀਆ ਹੁੰਦੀ ਫੇਰ ਕਹਿਣਾ ਲਾ ਦੇ ਭਰਾਵਾ ਕੋਈ ਚੱਕਰ ਨਹੀਂ ਜਾ ਇੰਡੀਆ ਬਾਕੀ ਬਾਬੇ ਜੀ ਮੇਰੇ ਇਹਨੂੰ ਲਾ ਕੇ ਭੇਜਣਾ ਸੀ ਲੈ ਆਪ ਜਾਣੀ ਸੀ ਗੱਡੀ ਇਹਨੂੰ ਕਹਿਣਾ ਸੀ 에ਅਰਪੋਰਟ ਤੋਂ ਚੱਕ ਲੈ ਇਹਨੂੰ ਪਤੰਦਰ ਨੂੰ ਚੱਕ ਕੇ ਝੁੰਡਿਆਂ 'ਚ ਮਾਰਨਾ ਸੀ ਦੋ ਘੜ ਦੇ ਜਾ ਦੇ ਕੇ ਕਹਿਣਾ ਗੱਡੀ ਤੇਰੀ ਉੱਥੇ ਖੜੀ ਹੋਊਗੀ ਨਿਸ਼ਾਨ ਕੋਈ ਨਹੀਂ ਟੈਕਸੀ ਦੇ ਪੈਸੇ ਵੀ ਰੱਖ ਦੇਣੇ ਸੀ ਬਾਕੀ ਅੱਗੇ ਤਾਂ ਭਾਜੀ ਨੂੰ ਲੱਗਦੀ ਸੀ ਵਧੀਆ ਨਹੀਂ ਲੱਗਦੀ ਸੀ ਕੈਨੇਡਾ ਹਨਾ ਹੁਣ ਦੱਸੋ ਭਾਜੀ ਹੁਣ ਕਿੱਦਾਂ ਦੀ ਲੱਗਦੀ ਆ ਘੈਂਟ ਆ ਯਾਰ ਕੈਨੇਡਾ ਵਰਗੀ ਕਹਿੰਦੇ ਕੋਈ ਕੰਟਰੀ ਹੈ ਨਹੀਂ ਹੈ
$200 ਮੰਗਦਾ ਸੀ, 180 ਤੇ ਗੱਲ ਨਵੇੜੀ ਆ, ਨਹੀਂ ਤਾਂ ਟਿਕਟਾਂ ਤੁਹਾਨੂੰ ਪਤਾ ਘੱਟੋ ਘੱਟ ਨਹੀਂ 400 ਦੀ ਇੱਕ ਜਾਣੇ ਦੀ ਆਉਣੀ ਸੀ, 800 ਨੂੰ ਠੁਕਣਾ ਸੀ, ਪੈਸੇ ਬੋਲੀ ਆ, ਡਾਲਰ ਨਾ ਕਹਿ, ਡਾਲਰਾਂ ਦੀ ਉਹਨੂੰ ਸਮਝ ਆ ਜਾਣੀ ਆ, ਮੇਰੀ ਕੋਈ ਗੱਲ ਕਰਦੇ ਆ ਉਹਨੇ ਲਾ ਦੇਣੇ ਤੈਨੂੰ ਮੈਂ ਦੱਸਾਂ, ਆਗੜੇ 25 ਮਿੰਟ ਗੱਡੀ 'ਚ ਸ਼ੋ ਹੁੰਦੇ ਆ, ਇਹ ਮੈਨੂੰ ਲੱਗਦਾ 2 ਘੰਟੇ ਤੁਰ ਕੇ ਜਾਣ ਨੂੰ ਲੱਗ ਜਾਣੇ ਆ ਬਾਅਦ 'ਚੋਂ, ਬਸ ਜਾ ਕੇ ਤਾਂ ਹੱਥ ਖੜੇ ਕਰਕੇ ਮੁੜ ਆਵਾਂਗੇ। ਬਾਕੀ ਇੱਕ ਰਿਸਕ ਹੀ ਆ, ਦੇਖੋ ਵੀ ਚੜ੍ਹਦੇ ਆ ਕਿ ਨਹੀਂ ਚੜ੍ਹਦੇ, ਬਲੌਗ ਤੁਹਾਨੂੰ ਦਿਖਾਉਂਦੇ ਆ, ਜੇ ਚੜ੍ਹ ਗਏ ਤਾਂ ਵੀ ਦਿਖਾਵਾਂਗੇ, ਜੇ ਨਹੀਂ ਚੜ੍ਹੇ ਤਾਂ ਵੀ ਦਿਖਾਵਾਂਗੇ ਜੀ। ਪਰ ਇੱਦਾਂ ਆ, ਕਈ ਭਰਾ ਕਹਿੰਦੇ ਸੀ ਯਾਰ ਵੀ ਰੋਕ ਲਓ ਹਜੇ 5-4 ਦਿਨ ਹੋਰ ਰੋਕ ਲਓ, ਲੱਗਦਾ ਉਹਨਾਂ ਨਾਲ ਘੁੰਮਣਾ ਹੀ ਪੈਣਾ ਹਜੇ। ਬਾਕੀ ਚਲੋ ਦੇਖਦੇ ਆ, ਉਹ ਕਿਹੜਾ ਮੋਲ ਸੀਗਾ, ਬ੍ਰਹਮਲੀ ਸਿਟੀ ਸੈਂਟਰ ਹਜੇ ਚੇਤਾ ਕਰਦਾ ਭਾਜੀ, ਹਾਂ ਉਹਨੇ ਫੜ ਕੇ ਰੱਖ ਲੈਣਾ ਜੀ, ਉੱਥੇ ਰੱਖ ਲਏ ਜੀ, ਉੱਥੇ ਰੌਣਕ ਮੇਲਾ ਸੋਹਣਾ ਆ, ਉੱਥੇ ਤਾਂ ਫਿਰ ਜਦੋਂ ਜਾ ਕੇ ਤੇ ਲਾਂਟੇ ਮੋਲ ਵਾਲੀ ਫੀਲਿੰਗ ਆਉਂਦੀ ਆ ਉੱਥੇ ਤਾਂ। ਬਾਕੀ ਦੇਖਦੇ ਜੀ, ਅੱਗੇ ਤੁਹਾਨੂੰ ਦਿਖਾਉਂਦੇ ਆ ਪੂਰਾ ਬਲੌਗ, ਜੇ ਬਹਿੰਦੇ ਜਹਾਜ਼ 'ਚ ਤਾਂ ਵੀ, ਜੇ ਮੁੜੇ ਤੇ ਤਾਂ ਵੀ। ਬਾਕੀ ਇੱਕ ਭਰਾ ਟੱਕਰਿਆ, ਮੈਸੇਜ ਆਇਆ ਸੀ ਸਨੈਪਚੈਟ 'ਤੇ, ਉਹਨੂੰ ਵੀ ਸੱਦ ਲਿਆ, ਦੇਖਦੇ ਜਾ ਕੇ ਜੇ ਬੋਟਿੰਗ ਹੁੰਦੀ ਹੈ, ਦੇਖਿਆ ਕੁਛ ਕਰ ਰਿਹਾ ਨਾ ਕੁਛ ਹੀਲਾ ਵਧੀਲਾ। ਕਈ ਵਾਰੀ ਜਾਣਕੀਰ ਬੰਦਾ ਫਿਰ ਪਹੁੰਚਾਏ ਦਿੰਦਾ, ਨਾ ਹੋਇਆ ਤਾਂ ਫਿਰ ਟੈਚੀ ਇੱਥੇ ਛੱਡ ਕੇ ਆਪ ਚੜ੍ਹ ਜਾਵਾਂਗੇ, ਟੈਚੀ ਬਾਅਦ 'ਚ ਆਊਗਾ, ਫਿਰ ਟੈਚੀ ਫਿਰ ਮਗਰੋਂ ਆਊਗਾ ਧੱਕੇ ਖਾਂਦਾ, ਦੇਖੋ ਕਿੱਧਰ ਦੀ ਆਉਂਦਾ ਜੀ। ਕੱਪੜੇ ਕਿੱਦਾਂ ਹੈਗੇ ਭਾਜੀ, ਤੁਸੀਂ ਤਾਂ ਲੈ ਵੀ ਕੀ ਟੈਚੀ ਆਏ ਤੋਂ, ਕੱਪੜੇ ਕੋਈ ਨਹੀਂ, ਦੇਖੀ ਜਾਓ 4 ਕੁ ਦਿਨ ਨਾ ਕਰੋ, ਬਾਹਰ ਨਿਕਲਾਂਗੇ ਕੱਛੇ ਬਣੈਣ 'ਚ ਨਹਾ ਕੇ, ਫੇਸ ਹੋ ਗਿਆ ਕੱਪੜੇ ਧੋਣ ਵਾਲੇ, 2-1 ਪਾ 1 ਧੋ, ਆਹੋ ਕੱਪੜੇ ਸਾਰੇ ਧੋਣ ਵਾਲੇ ਆ, ਲੱਖੇ ਨੂੰ ਕਹਿੰਦਾ ਧੋ ਕੇ ਕਿਸੇ ਟਰੱਕ 'ਚ ਰੱਖ ਦੇ, ਟੈਚੀ ਝੂਟੇ ਲੈਂਦਾ ਜਾਵੇ, 4 ਦਿਨ ਲੱਗਣੇ ਟਰੱਕ ਦੇ ਵਿੱਚ, ਉੱਥੇ ਤੱਕ ਸਾਰੀ ਪਹੁੰਚਣ ਸਾਰੀ ਪਹੁੰਚ। ਬਾਕੀ ਦਿਖਾਉਂਦੇ ਆ ਤੁਹਾਨੂੰ ਜੀ, ਮਿਲਦੇ ਆ ਫਿਰ ਅੱਗੇ ਜਾ ਕੇ, ਪੂਰਾ ਬਲੌਗ ਚੈੱਕ ਕਰਿਓ ਤੇ ਦੱਸਿਓ ਕਮੈਂਟ ਕਰਕੇ ਕਦੋਂ ਦਾ ਲੱਗਿਆ ਫੇ। ਬਾਕੀ ਫੇਰ ਤੁਹਾਨੂੰ ਭਿੰਦੇ ਦੀ ਮੈਂ ਹਨਾ ਇੰਗਲਿਸ਼ ਤੇ ਹਿੰਦੀ ਚੈੱਕ ਕਰਾਉਣਾ ਏਅਰਪੋਰਟ ਤੇ, ਬਹੁਤ ਫਾਹੇ ਪੜਦਾ ਬਦੰਦਰ, ਮੈਡਮਾਂ ਕਨਫਿਊਜ਼ ਹੋ ਜਾਂਦੀਆਂ, ਪਹਿਲੀ ਸੱਦਿਆ ਇੰਗਲਿਸ਼ ਵਾਲਾ, ਕਹਿੰਦਾ ਕੀ ਆ ਪਹਿਲੀ ਸੱਦਿਆ ਉੱਥੇ ਏਅਰਪੋਰਟ ਦੇ ਮੁੰਡਾ, ਕੀ ਪਤਾ ਅੰਦਰ ਲੱਖੇ ਨੂੰ ਕਰ ਲਓ ਫੋਨ, ਪੁੱਛ ਲਓ ਕਿੱਥੇ ਰਹਿ ਗਿਆ। ਚੱਲ ਮੈਂ ਕਰਦਾ, ਬਾਕੀ ਕੋਈ ਨਹੀਂ ਦਿਖਾ ਲੈਂਦੇ ਨਾਲੋਂ ਨਾਲ ਕੀ ਹਿਸਾਬ ਕਿਤਾਬ ਆ ਜੀ। ਆ ਜਾਓ ਆ ਜਾਓ ਆ ਜਾਓ ਆ ਜਾਓ, ਪਹੁੰਚ ਗਏ ਆ, ਦੌੜ ਆਓ ਦੌੜ, ਪਹੁੰਚ ਗਏ ਜੀ। ਬਾਕੀ ਦੇਖਦੇ ਕੀ ਕਹਿੰਦੇ ਅੰਦਰ, ਰਹਿ ਗਏ ਕਹਿੰਦੇ ਇੱਧਰ ਲੰਘਣ ਹੀ ਨਹੀਂ ਦਿੱਤਾ, ਇੱਧਰ ਭਾਜੀ ਹੁਣੇ ਵੀ ਰਹਿ ਗਏ ਤੇ ਉੱਧਰ ਗੋਰਾ ਵੀ ਰਹਿ ਗਿਆ ਸ਼ੇਰਾ, ਉਹ ਤਾਂ ਰੋਣ ਹੀ ਲਾ ਪਿਆ ਭਾਜੀ, ਇਕੱਲੇ ਇਕੱਲੇ ਦੀ 600 ਦੀ ਆ ਭਾਜੀ ਕਹਿੰਦਾ, ਉਹ ਵੀ ਪਰਸੋਂ ਚੌਥ ਦੀ, ਕੋਈ ਨੀ ਭਾਈ ਆ ਜਾਣਾ, ਉਹਨੇ ਵੀ ਹੋ ਗਿਆ ਉੱਧਰ, ਉਹਦੀ ਫਲਾਈਟ ਮਿਸ ਹੋ ਗਈ, ਉਹ ਪਿੱਟਣ ਲੱਗ ਗਿਆ, ਚੈੱਕ ਨਹੀਂ ਆਉਂਦੀ, ਭਰਾ ਹੁਣੇ ਟੱਕਰੇ ਨਾਲੇ ਵੀ ਲੇਟ ਹੀ ਸੀ। ਬਾਕੀ ਟੈਚੀ ਰਹਿ ਗਿਆ ਨਾ, ਹੈਲੋ ਚਾਰਜਰ ਕੱਢ ਲਿਆ ਸੀ ਮੈਂ ਆਪਣਾ, ਬਾਕੀ ਟੈਚੀ ਮੋੜਤਾ, ਉਹ ਹੁਣ ਟਰੱਕ 'ਚ ਝੂਟ ਲੈਂਦਾ ਆਊ, ਭੁੱਖੇ ਪਾਣੀ ਹੁਣ ਲੰਘਣਾ, ਕੋਕ ਨੇ ਤਾਂ ਪਾਣੀ ਵੀ ਨਹੀਂ ਲੰਘਣਾ ਸੀ ਭਾਜੀ, ਹੁਣ ਲੈ ਤਾ ਸਮਾਨ ਤੇ ਬਹਿ ਜਾਓ ਆਰਾਮ ਨਾਲ, ਹੁਣ ਸੀਟ ਤੇ ਕੱਪੜੇ ਰਹਿ ਗਏ, ਕੱਪੜਿਆਂ ਦਾ ਕੋਈ ਨਹੀਂ ਆਉਂਦੇ, ਮਸੀਂ ਪਹੁੰਚੇ ਜੀ, 7:36 ਹੋ ਗਏ, 45 ਤੇ ਤੁਰ ਪਾਣੀ ਫਲੈਟ 10 ਮਿੰਟ ਪਹਿਲਾਂ,
10 ਮਿੰਟ ਪਹਿਲਾਂ ਪਹੁੰਚੇ। ਹਾਂ ਗੋਲੀ ਦੇ ਕੇ ਨਿਕਲ ਗਿਆ ਸੀ ਸਾਲਾ, ਕਾਂਡ ਹੀ ਹੋਈ ਜਾਂਦੇ ਕਾਂਡ ਤੇ ਕਾਂਡ। ਬੋਰਡਿੰਗ ਕਾਰਡ ਭਾਜੀ ਨੇ ਮੈਨੂੰ ਪਤਾ ਨੀ ਕਿਹੜਾ ਫੜਾ ਤਾ, ਉਹ ਦੁਬਾਰਾ ਘੇਰ ਲਿਆ ਸੀ ਭਾਜੀ। ਆਹ ਮੈਨੂੰ ਦਿਓ, ਆਹ ਫੜੋ ਆਪਣਾ। ਹਾਂ ਆਹ ਫੜ ਭਾਜੀ, ਮੈਂ ਇਧਰੋਂ ਦੀ ਜਾਣਾ ਤੁਸੀਂ ਇਧਰੋਂ ਦੇ। ਓਕੇ ਭਾਜੀ, ਬੋਰਡਿੰਗ ਕਾਰਡ ਪਤਾ ਨੀ ਕਿਹਦਾ ਫੜ ਲਿਆ ਅੱਜ, ਸੱਚੀ ਪਤਾ ਨੀ ਕਿਹਦਾ ਮੂੰਹ ਦੇਖਿਆ। ਲਓ ਜੀ ਛੱਡ ਗਿਆ ਭਾਜੀ, ਮੈਂ ਕਿਤੇ ਮੋੜ ਨਾ ਲੈਣ ਇੱਥੋਂ ਹੀ ਚੜ੍ਹ ਜਾਓ ਦੁਬਾਰਾ, ਮੈਨੂੰ ਤਾਂ ਵਾਪਸ ਅੰਦਰ ਜਾਣ ਨਹੀਂ ਦਿੱਤਾ ਭਾਜੀ। ਮਸੀਂ ਪਹੁੰਚਣਾ ਜੀ, ਆਹ ਸਫ਼ਰ ਨਹੀਂ ਭੁੱਲਣਾ ਕਹਿੰਦੇ। ਚਲੋ ਚੈੱਕ, ਲੱਗ ਗਿਆ ਭਾਜੀ ਲੈਨ 'ਚ ਜਾ ਕੇ। ਸਾਸ਼ੀ ਟੂ ਵੇ ਲਾ ਪਾਰਟੀ ਡੂ ਹੋ ਲੇ ਬੋਇੰਗ 737 ਪੋਸੈਡ 8 ਸੋਰਟੀ ਦੇ ਸਕੂਰ, ਇਲ ਯਾ 4 ਪੋਰਟ ਦੇ ਸਕੂਰ, 2 ਪੋਰਟ ਆ ਲਾਵਾਂ 2 ਪੋਰਟ ਆ ਲਾਰੀਅਰ, ਸੇ 4 ਪੋਰਟ ਸੋਂ ਮੁਨੀ ਦਾ ਟੋਬੋਗਾਨ ਕੀ ਸੇ ਗੋਂਫ ਆਟੋਮੈਟਿਕਮੈਂ, 4 ਸੋਰਟੀ ਡੂਰਜੈਂਸ ਸੋਂ ਸਿਚੂਏ ਆ ਦੇਸੂ ਦੇ ਐਲ ਦੇ ਲਾਵੀਓ, chaque côté de l'appareil possède deux issues de secours au-dessus des ailes. Toutes les sorties sont clairement indiquées. Veuillez regarder autour de vous afin de repérer la sortie la plus proche de vous ainsi qu'une sortie de remplacement. Tenez compte du fait que la sortie la plus proche peut être située derrière vous. Si la visibilité devient réduite durant une évacuation, un éclairage automatique s'activera. Cet éclairage parcourt le long de la cabine afin de vous guider vers une sortie. Pour votre confort, la pression de la cabine est contrôlée. En cas de dépressurisation rapide, le compartiment au-dessus de vous s'ouvrira automatiquement et des masques comme ceci tomberont à votre portée. Si les masques devaient se présenter à vous, tirez vivement sur le masque pour déclencher l'arrivée d'oxygène.
ਕਹਾਵਤ ਸੱਚ ਹੋ ਗਈ ਜੀ ਕਿਹੜੀ, ਕਹਿੰਦੇ ਲੋਟ ਕੇ ਬੁੱਧੂ ਗਰਕੋ ਆਏ, ਇਹ ਲੋਟ ਕੇ ਟੈਚੀ ਨਹੀਂ, ਛੋੜ ਕੇ ਟੈਚੀ ਗਰਕੋ ਆਏ। ਲਓ ਜੀ ਟੈਚੀ ਟੂਚੀ ਕੁਛ ਨਹੀਂ, ਸਾਰੇ ਉੱਥੇ ਰਹਿ ਗਏ, ਇਹ ਤਾਂ ਸ਼ੁਕਰ ਕਰੋ ਬੰਦੇ ਪਹੁੰਚ ਗਏ, ਮਿੰਟ ਸਿਰਫ 15-20 ਮਿੰਟ ਪਹਿਲਾਂ ਪਹੁੰਚੇ ਆਪਾਂ ਹਨਾ, ਪਰ ਇਹਦਾ ਮਿੰਤਾਂ ਮੁੰਤਾਂ ਕਰਕੇ ਵਾੜ ਲਿਆ ਉਹਨਾਂ ਨੇ ਅੰਦਰ। ਲਓ ਜੀ ਕਹਿੰਦੇ ਪਹੁੰਚ ਗਏ ਵੈਨਕੂਵਰ, ਮੰਜ਼ਿਲ ਹੋ ਗਈ ਤੈਅ ਜੀ, ਵੈਨਕੂਵਰ ਪਹੁੰਚ ਗਏ ਆ, ਤੇ ਬਾਕੀ ਏਦਾਂ ਟੈਚੀ ਰਹਿ ਗਿਆ ਆਪਣਾ ਉੱਥੇ ਹਨਾ, ਉਹ ਕਦੋਂ ਆਊ ਵਿਚਲੀਆਂ ਜਿਹੜੀਆਂ, ਉਹ ਸਨੈਪਚੈਟ ਚ ਬਣਾਇਆ, ਪੂਰਾ ਵਲੌਗ ਨਹੀਂ ਬਣਿਆ, ਕਾਹਲੀ ਇੰਨੀ ਸੀ ਐਨ ਮਸੀ ਬਾੜਿਆ ਕਹਿੰਦੇ ਉਹਨਾਂ ਨੇ ਅੰਦਰ। ਬਾਕੀ ਕਰੋ ਚੈੱਕ ਤਾਂ ਢਿੱਡ ਦੇ ਕਿੱਡਾ ਕੱਢ ਕੇ ਬੈਠਾ ਭਾਜੀ, ਬਾਕੀ ਜਾਣਾ ਕਿੱਧਰ ਨੂੰ ਭਾਜੀ ਆਪਾਂ ਦੇਖ ਪਹਿਲਾਂ, ਆ ਜਾਓ ਜੀ ਆ ਜਾਓ, ਪਹੁੰਚ ਤਾਂ ਗਏ ਉੱਧਰ ਵੈਨਕੂਵਰ, ਪਰ ਔਖੇ ਬਹੁਤ ਹੋਏ ਹਨਾ, ਬਾਹਲੇ ਜ਼ਿਆਦੇ ਤੰਗ ਹੈ ਇੰਨੇ ਤਾਂ ਮੇਰੇ ਹਿਸਾਬ ਨਾਲ, ਜਦੋਂ ਉਹ ਸਰਕਾਰ ਨੇ ਸਕੀਮ ਨੀ ਚਲਾਈ ਸੀਗੀ ਆਧਾਰ ਕਾਰਡ ਵਾਲੀ ਬੀਬੀਆਂ ਦੀ, ਹਾਂ ਬਸ ਧੱਕੇ ਪੈਂਦੇ ਹੋਣੇ ਸਾਨੂੰ ਜਿੰਨੇ ਜਹਾਜ਼ ਚ ਪਏ ਵਿੱਚ ਵਿੱਚ, ਇੱਦਾਂ ਜਦੋਂ ਉੱਥੋਂ ਪਾੜਿਆ ਬੋਰਡਿੰਗ ਦਾ ਮੈਨ, ਬੋਰਡਿੰਗ ਦੇ ਨੰਬਰ ਗਲਤ, ਉਹ ਦੌੜ ਗਿਆ ਫਿਰ ਸਕਿਉਰਟੀ ਨੇ ਕੀਤਾ ਦੁਬਾਰਾ ਮਗਰ ਨੂੰ ਕਿਹਾ ਜਾਨ ਨਾ ਦੇਣ ਪਿੱਛੇ ਨੂੰ, ਜੇ ਰਹਿ ਜਾਂਦੇ ਤੁਸੀਂ ਮੈਨੂੰ ਮਗਰ ਨਹੀਂ ਜਾਣ ਦੇਣਾ ਸੀ ਉਹਨਾਂ ਨੇ, ਕੱਲਿਆਂ ਨੂੰ ਰਹਿਣਾ ਪੈਣਾ ਸੀ। ਬਾਕੀ ਜੀ ਲਓ ਜੀ ਪਹੁੰਚ ਗਏ ਵੈਨਕੂਵਰ, ਦੱਸਿਓ ਕਦੋਂ ਦਾ ਲੱਗਾ ਬਲੌਗ, ਤੇ ਬਾਕੀ ਗੋਲੇ ਦਾ ਬੁੜਾ ਵਿੱਚ ਹੋ ਗਿਆ ਸੀ ਗੁੱਸੇ, ਗੋਲੇ ਦੇ ਫਾਦਰ ਗੋ ਫਾਸਟ, ਸਾਲਾ ਜਿਹੜਾ ਗੱਡੀ ਸਾਈਡ ਤੇ ਲਾਉਂਦਾ ਉਤਰੋ ਥੱਲੇ, ਭਿੰਦੇ ਨੇ ਮਹਿੰਦਾ ਤੜਲੇ ਪਾਏ ਤੇ ਤਾਂ ਮੰਨਿਆ। ਲਓ ਜੀ ਇੱਧਰ ਲਾਈਨਾਂ ਹੀ ਲੱਗੀਆਂ। ਬਾਕੀ ਹੋਰ ਵੀਡੀਓ ਦੇਖਣ ਲਈ ਆਪਣਾ ਚੈਨਲ ਕਰ ਲਿਓ ਸਬਸਕ੍ਰਾਈਬ, ਤੇ ਸਨੈਪਚੈਟ ਦੀ ਆਈਡੀ ਹੈਗੀ ਆ ਜੀ bpawar3, ਤੇ ਇੰਸਟਾਗ੍ਰਾਮ ਦੀ ਹੈਗੀ ਆ pawar.singh, ਤੇ ਕਰ ਲਿਓ ਸਾਰੇ ਜਾਣੇ ਫੋਲੋ, ਫਿਰ ਜ਼ਿਆਦਾ ਵੀਡੀਓ ਆਪਾਂ ਉੱਥੇ ਪਾਈ ਦੀਆਂ, ਬਲੌਗ ਤਾਂ ਚਲੋ ਹਫ਼ਤੇ 'ਚ 2 ਕੀ ਪਾਈ ਦੇ ਆ, ਤੇ ਕਰ ਲਿਓ ਬਾਕੀ ਅਕਾਊਂਟ ਵੀ ਫੋਲੋ, ਟਿਕਟੋਕ ਦੀ ਹੈਗੀ ਆ pawar.singh ਜੀ, ਕਰ ਲਿਓ ਸਰਚ ਤੇ ਕਰ ਲਿਓ ਫੋਲੋ ਹੋਣਾ ਪਈ।